ਰਾਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਸ਼ੂਨਨ ਜਾਨੋ ਨੀਚ ਮੂਰਖਾਰੇ ਮਾਨ ਕਰੋਂ ਤਉ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਇਹ ਦੁਨੀਆ ਮੇਰੇ ਵਰਗੇ ਅਪਰਾਧੀਆਂ ਨਾਲ ਭਰੀ ਪਈ ਹੈ ਇਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਪਰਮੇਸ਼ਰ ਰੂਪ ਸਾਡੇ ਵਰਗਿਆਂ ਨੂੰ ਬਖਸ਼ਣ ਲਈ ਤੇ ਬਖਸ਼ਾਉਣ ਲਈ ਆਏ ਉਹਨਾਂ ਨੇ ਚਾਰ ਯਾਤਰਾਵਾਂ ਕੀਤੀਆਂ ਦੂਜੀ ਯਾਤਰਾ ਕਰਦੇ ਹੋਏ ਉਹ ਆ ਰਾਜਸਥਾਨ ਦੇ ਵਿੱਚ ਇੱਕ ਜਿਹੜਾ ਮਾਉਂਟ ਆਬੂ ਨਾ ਦਾ ਥਾਂ ਹੈ ਇਹ ਪਹਾੜ ਹੈ ਇਹ 260 ਕਿਲੋਮੀਟਰ ਜੋਧਪੁਰ ਤੋਂ ਅੱਗੇ ਹੈ ਤੇ ਤਕਰੀਬਨ 160 ਕਿਲੋਮੀਟਰ ਉਦੇਪੁਰ ਤੋਂ ਪੈਂਦਾ ਹੈ ਤੇ ਤੋਂ ਥੋੜੀ ਅੱਗੇ ਫਿਰ ਗੁਜਰਾਤ ਸ਼ੁਰੂ ਹੋ ਜਾਂਦਾ ਐਸ ਲਈ ਦਾਸ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਥੇ ਦਰਸ਼ਨ ਹੋਏ ਆ ਇੱਥੇ ਗੁਰਦੁਆਰਾ ਸਾਹਿਬ ਹੈ ਜੀ ਗੁਰਦੁਆਰਾ ਗੁਰੂ ਨਾਨਕ ਦਰਸ਼ਨ ਇਹ ਸਥਾਨ ਇੱਥੇ ਗੁਰੂ ਸਾਹਿਬ ਆਏ ਆਪਾਂ ਨੂੰ ਪਤਾ ਹੀ ਹੈ ਹਮੇਸ਼ਾ ਤੋਂ ਪਹਾੜਾਂ ਦੀਆਂ ਸ਼ਾਂਤੀ ਦੀਆਂ ਕੁੰਦਰਾ ਭਗਤ ਲੱਭਦੇ ਰਹੇ ਹਨ ਇੱਥੇ ਵੀ ਜਿਹੜੇ ਉਸ ਵੇਲੇ ਬੰਦਗੀ ਕਰਨ ਵਾਲੇ ਸੀ ਇਹਨਾਂ ਪਹਾੜਾਂ ਦੇ ਵਿੱਚ ਖਾਸ ਤੌਰ ਤੇ ਗਰਮੀ ਤੋਂ ਬਚਣ ਦੇ ਵੀ ਪਹਾੜ ਕੰਮ ਆਉਂਦੇ ਹਨ ਹਰਿਆਲੀ ਹੈ ਸ਼ਾਂਤੀ ਹੈ ਇੱਥੇ ਇੱਕ ਬਹੁਤ ਹੀ ਪ੍ਰਸਿੱਧ ਜਿਹੜਾ ਵਾ ਦੇਲਵਾੜਾ ਜੈਨ ਮੰਦਿਰ ਹੈ ਹੋਰ ਮੰਦਰ ਹਨ ਇੱਥੇ ਤੇ ਗੁਰੂ ਸਾਹਿਬ ਜੀ ਇਸ ਸਥਾਨ ਤੇ ਆਏ ਦੂਸਰੀ ਯਾਤਰਾ ਦੌਰਾਨ ਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਮਹਾਰਾਜ ਨੇ ਇੱਥੇ ਜਿਹੜੀ ਉਹਨਾਂ ਦੇ ਨਾਲ वार्तालाप ਕੀਤੀ ਦੱਸਿਆ ਜਾਂਦਾ ਹੈ ਕਿ ਜੈਨ ਧਰਮ ਦੇ ਜਿਹੜੇ ਅਨਿਆਈ ਉਹਨਾਂ ਦੇ ਨਾਲ वार्तालाप ਹੋਈ ਆ ਅੱਗੇ ਵੀ ਅਸੀਂ ਵਿਚਾਰ ਅੱਗੇ ਕਰ ਚੁੱਕੇ ਆ ਕਿ ਉਹ ਸ਼ਬਦ ਦੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਆਪ ਲਿਖਿਆ ਇੱਕ ਜੈਨੀ ਉਜੜ ਪਾਏ ਤੁਰੋਂ ਖਹਾਇਆ ਵਾਲੇ ਸ਼ਬਦ ਦੀ ਗੁਰੂ ਸਾਹਿਬ ਨੇ ਅਸੀਂ ਇਹਦੇ ਵਿੱਚ ਕੋਈ ਨਿੰਦਿਆ ਨਹੀਂ ਕਰ ਰਹੇ ਗੁਰੂ ਸਾਹਿਬ ਨੇ ਉਹਨਾਂ ਨਾਲ ਬੈਠ ਕੇ ਪ੍ਰਤੱਖ ਬਾਤ ਕੀਤੀ ਐ ਸਾਹਮਣੇ ਬੈਠ ਕੇ ਉਹਨਾਂ ਨੂੰ ਦੱਸਿਆ ਕਿ ਜੋ ਤੁਸੀਂ ਕਰ ਰਹੇ ਆ ਇਹਨੂੰ ਤੋਲ ਕੇ ਵੇਖੋ ਜਦੋਂ ਵੀ ਕੋਈ ਚੀਜ਼ ਆ ਜਿਹੜੀ ਉਹਨੂੰ ਤੋਲ ਕੇ ਵੇਖਾਂਗੇ ਫਿਰ ਉਹਦਾ ਪਤਾ ਲੱਗਦਾ ਕਿ ਇਹਦਾ ਮੁੱਲ ਕੀ ਆ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਗੁਰੂ ਸਾਹਿਬ ਵੇਖੋ ਜਦੋਂ ਪਰਮੇਸ਼ਰ ਨੇ ਬਖਸ਼ਣਾ ਬਖਸ਼ਾਉਣਾ ਹੁੰਦਾ ਵਾ ਤੇ ਜੇ ਕਿਤੇ ਇੱਥੇ ਆ ਮਾਉਂਟ ਆਬੂ ਵਰਗੇ ਸਥਾਨ ਤੇ ਵੀ ਕੋਈ ਬੈਠਾ ਹੋਵੇ ਗੁਰੂ ਸਾਹਿਬ ਆਪ ਆਣ ਕੇ ਇੰਨੀ ਦੂਰੋਂ ਤੇ ਆਪ ਆਣ ਕੇ ਦਰਸ਼ਨ ਦੇ ਕੇ ਤੇ ਬਖਸ਼ ਕੇ ਜਾਂਦੇ ਹਨ ਇਥੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਥੇ ਰਹਾਇਸ਼ ਵਾਸਤੇ ਵੀ ਪ੍ਰਬੰਧ ਹੈ तकरीबन 10 ਕਮਰੇ ਲੰਗਰ ਹਾਲ ਹੈ ਇਹ ਜਿਹੜੀ ਇਥੇ ਪੋਲੋ ਗਰਾਊਂਡ ਹੈ ਬਿਲਕੁਲ ਸਿਟੀ ਸੈਂਟਰ ਦੇ ਵਿੱਚ ਸਿਟੀ ਹਾਰਟ ਦੇ ਨਾਲ ਬਿਲਕੁਲ ਇਹ ਜਿਹੜਾ ਸਥਾਨ ਹੈ ਇਹਦੇ ਬਾਰੇ ਲਿਖਿਆ ਹੋਇਆ ਕਿ ਇੱਕ ਰਾਜਸਥਾਨ ਦੇ ਜਿਹੜੇ ਹੋਏ ਸੀਗੇ ਰਾਜਪਾਲ ਜਿਨ੍ਹਾਂ ਦਾ ਨਾਮ ਸਰਦਾਰ ਗੁਰਮukh ਨਿਹਾਲ ਸਿੰਘ ਸੀ ਉਹਨਾਂ ਨੇ 1956 ਦੇ ਵਿੱਚ ਇਸ ਸਥਾਨ ਦੀ ਜਿਹੜੀ ਨੀਂਹ ਪੱਥਰ ਰੱਖਿਆ ਔਰ ਇਹ ਸਥਾਨ ਉਹਨਾਂ ਨੇ ਆਪਣੇ ਰਹਿਨਮਾਈ ਦੇ ਵਿੱਚ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਯਾਦ ਵਿੱਚ ਕਰਾਇਆ ਗੁਰੂ ਸਾਹਿਬ ਨੇ ਇੱਥੇ ਆਣ ਕੇ ਕਿਉਂਕਿ ਜਿਹੜਾ ਬਹੁਤ ਅੰਧਵਿਸ਼ਵਾਸ ਸੀਗਾ ਨਾ ਓਣਾ ਨਹੀਂ ਧੋਣਾ ਨਹੀਂ ਮੈਲਕ ਚਲੇ ਰਹਿਣਾ ਜਾਂ ਹੋਰ ਤਰ੍ਹਾਂ ਦੇ ਟੂਣੇ ਟਾਮਣ ਇਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਨਾ ਜਿਹੜੇ ਵਹਿਮਾ ਭਰਮਾ ਵਿੱਚ ਪਏ ਲੋਕ ਸੀਗੇ ਉਹਨਾਂ ਨਾਲ ਵਿਚਾਰ ਕੀਤੀ ਉਹਨਾਂ ਨੂੰ ਸਮਝਾਇਆ ਕਿ ਇੱਕ ਅਕਾਲ ਪੁਰਖ ਦੀ ਜਿਹੜੀ ਨਾਨਕ ਲੇਖ ਹੈ ਇੱਕ ਗੱਲ ਹੋਰ ਹੋਵੇਂ ਚਖਣਾ ਝਾਕ ਉਹ ਬੰਦਗੀ ਕਰੋ ਉਸ ਇੱਕ ਪਰਮੇਸ਼ਰ ਸੱਚੇ ਰੱਬ ਨਾਲ ਜੁੜੋ ਡਾਇਰੈਕਟ ਕਨੈਕਸ਼ਨ ਬਣਦਾ ਅਸੀਂ ਵੀ ਅੱਜ ਭੁੱਲ ਪਟਕ ਗਏ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦੱਸੇ ਮਾਰਗ ਤੋਂ ਅੱਜ ਸਿੱਖ ਹੀ ਪਟਕ ਗਿਆ ਗੁਰੂ ਸਾਹਿਬ ਨੇ ਤੇ ਹਰ ਧਰਮ ਦੇ ਜਿਹੜੇ ਸੀਗੇ ਲੋਕ ਉਹਨਾਂ ਨੂੰ ਸਮਝਾਇਆ ਬੁਝਾਇਆ ਗੁਰ ਪਰਮੇਸ਼ਰ ਦੇ ਰਸਤੇ ਤੇ ਪਾਇਆ ਔਰ ਅਸੀਂ ਉਸ ਰਸਤੇ ਤੇ ਪਾਂਦੀ ਆ ਗੁਰਮਤ ਦੇ ਪਾਂਦੀ ਗੁਰੂ ਨਾਨਕ ਦੇਵ ਜੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਉਸ ਰਸਤੇ ਤੇ ਪਾਂਦੀ ਪਰ ਅਸੀਂ ਉਹ ਰਸਤਾ ਆਪ ਹੀ ਪਟਕ ਗਏ ਕੋਈ ਕਿਸੇ ਦਰ ਦਾ ਪੁਜਾਰੀ ਬਣ ਗਿਆ ਕੋਈ ਕਿਸੇ ਦਾ ਕੋਈ ਕਿਸੇ ਦਾ ਇੱਕ ਉਹ ਸੱਚੇ ਅਕਾਲ ਪੁਰਖ ਜਿਹੜਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸੀਗਾ ਉਹ ਨੂੰ ਅਸੀਂ ਪੂਜਣਾ ਛੱਡ ਦਿੱਤਾ ਸਾਨੂੰ ਇਹ ਗੁਰੂ ਸਾਹਿਬ ਨੇ ਇਹੀ ਦਿੱਤਾ ਸੀਗਾ ਸਿਧਾਂਤ ਕਿ ਪੂਜਾ ਅਕਾਲ ਕੀ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਅੰਤਰਮੈਲ ਦੇ ਤੀਰਥ ਨਾਵੈ ਤਿਸ ਬੈਕੁੰਠਾ ਨਾ ਜਾਣਾ ਲੋਕਪਤੀਣ ਕਸ਼ੂ ਨਾ ਹੋਵੈ ਨਾ ਹੀ ਰਾਮ ਏ ਆਨਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਇੱਕ ਗੁਰਮਤ ਦੇ ਸਿਧਾਂਤ ਦਿੱਤੇ ਅਸੀਂ ਅਨਫੋਰਚੂਨੇਟਲੀ ਉਹਨਾਂ ਨੂੰ ਛੱਡ ਕੇ ਤੇ ਹੋਰ ਪਾਸੇ ਭਟਕ ਗਏ ਕਿਰਪਾ ਕਰੋ ਗੁਰੂ ਪਿਆਰਿਓ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਅਸੀਂ ਗੁਰੂ ਇਤਿਹਾਸ ਗੁਰੂ ਬਾਣੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਸਕੀਏ ਗੁਰੂ ਬਾਣੀ ਨੂੰ ਪੜਿਆ ਕਰੋ ਵਿਚਾਰਿਆ ਕਰੋ ਉਸ ਦੇ ਅਨਸਾਰ ਆਪਣਾ ਜੀਵਨ ਜੀਣ ਦੀ ਕੋਸ਼ਿਸ਼ ਕਰੀਏ ਜਿੰਨੀ ਵੱਧ ਕੋਸ਼ਿਸ਼ ਕਰਾਂਗੇ ਉਹਦੇ ਅਨਸਾਰ ਜੀਣ ਦੀ ਓਨੀ ਗੁਰੂ ਸਾਹਿਬ ਦੀ ਖੁਸ਼ੀ ਸਾਡੇ ਉੱਤੇ ਵੱਧ ਹੋਊਗੀ ਵੱਧ ਖੁਸ਼ੀ ਗੁਰੂ ਸਾਹਿਬ ਦੇ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦੇ ਨਾਲ ਸਾਡੀ ਨੇੜਤਾ ਹੋਵੇ ਇਹ ਨਾ ਹੋਵੇ ਗੁਰੂ ਸਾਹਿਬ ਨੂੰ ਅਲਪਿਠ ਕੀਤੇ ਸਾਰੀ ਉਮਰ ਨਿਕਲ ਜਾਵੇ ਗੁਰੂਵਾਲ ਨੂੰ ਆੜਾ ਮੁਖੋ ਵੀ ਸਾਨੂੰ ਵੀ ਕੋਈ ਵੇਖ ਕੇ ਕਹੇ ਇਹ ਗੁਰਮੁਖ ਹੈ ਕਿਉਂਕਿ ਇਹਦਾ ਮੁਖ ਗੁਰੂਵਾਲ ਨੂੰ ਹੈ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਿਹੜੇ ਪੰਜਾਬ ਤੇਜ ਤੋਂ ਕਿੱਥੋਂ ਕਿੱਥੋਂ ਤੱਕ ਦੂਰ ਗਏ ਉਹਨਾਂ ਨੇ ਇਸ ਪਹਾੜ ਦੇ ਉੱਤੇ ਵੀ ਚੜ੍ਹ ਕੇ ਇੱਥੇ ਆਣ ਕੇ ਉਹਨਾਂ ਜਿਹੜੇ ਉਸ ਪਰਮੇਸ਼ਰ ਨਾਲ ਜੁੜਨੇ ਚਾਹੁੰਦੇ ਸੀ ਉਹਨਾਂ ਨੂੰ ਉਪਦੇਸ਼ ਦਿੱਤਾ ਹੋਈਆਂ ਭੁੱਲਾਂ ਦੀ ਮਾਫੀ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਨਿਸ਼ਾਨ ਸਿੰਘ ਆਸਟ੍ਰੇਲੀਆ ਪੇਜ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ YouTube ਤੇ ਵੀ ਅੱਗੇ ਤੋਂ ਜੋ ਵੀ ਗੁਰੂ ਸਾਹਿਬ ਯਾਤਰਾ ਕਰਾਉਣਗੇ ਤੁਹਾਡੇ ਨਾਲ ਸਾਂਝਾ ਪੈਂਦੀਆਂ ਰਹਿਣਗੀਆਂ ਜੀ ਹੋਈਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ